ਅੱਜ 26 ਜਨਵਰੀ ਦੇ ਗਣਤੰਤਰ ਦਿਵਸ ਮੌਕੇ 'ਤੇ ਮੈਂ ਸਾਡੇ ਜ਼ਿਲ੍ਹੇ ਅਤੇ ਖਾਸ ਕਰ ਸਬ ਡਿਵੀਜ਼ਨ ਗੜਸ਼ੰਕਰ ਦੇ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ। ਇਸ ਮੌਕੇ 'ਤੇ ਮੈਂ ਸਾਡੇ ਆਜ਼ਾਦੀ ਘੁਲਾਟੀਏ ਅਤੇ ਉਹਨਾਂ ਦੇ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ, ਜਿਨ੍ਹਾਂ ਦੇ ਸਦਕਾ ਅਸੀਂ ਇਹ ਆਜ਼ਾਦੀ ਮਾਣ ਰਹੇ ਹਾਂ। ਅਤੇ ਇੱਕ ਖਾਸ ਧੰਨਵਾਦ ਔਰ ਉਮੀਦ ਇਹ ਹੈ ਕਿ ਸਾਡੇ ਕੰਸਟੀਟਿਊਸ਼ਨ ਦੇ ਰਚਨਾਕਾਰ ਡਾਕਟਰ ਸਾਹਿਬ ਭੀਮ ਰਾਮ ਅੰਬੇਦਕਰ ਜੀ, ਜਿਨ੍ਹਾਂ ਦੇ ਸਦਕਾ ਅਸੀਂ ਅੱਜ ਗਣਤੰਤਰ ਦਿਵਸ ਮਨਾਉਂਦੇ ਹਾਂ, ਜੋ ਸਾਡੇ ਕੰਸਟੀਟਿਊਸ਼ਨ ਦੇ ਰਚਨਾਕਾਰ ਨੇ। ਉਮੀਦ ਕਰਦਾ ਕਿ ਅਸੀਂ ਸਾਰੇ ਉਹਨਾਂ ਦੇ ਚਲਾਏ ਮਾਰਗ 'ਤੇ, ਉਹਨਾਂ ਦੇ ਵੱਲੋਂ ਸਿਖਾਈਆਂ ਚੀਜ਼ਾਂ 'ਤੇ ਚੱਲਾਂਗੇ। ਨਾਲ ਹੀ ਮੈਂ ਉਮੀਦ ਕਰਦਾ ਕਿ ਅਸੀਂ ਆਪਣੇ ਤਰੀਕੇ, ਆਪਣੀ ਮਿਹਨਤ ਨਾਲ ਆਪਣੇ ਸੂਬੇ, ਆਪਣੇ ਜ਼ਿਲ੍ਹੇ ਅਤੇ ਆਪਣੇ ਇਲਾਕੇ ਦੀ ਤਰੱਕੀ ਵਿੱਚ ਹਿੱਸਾ ਪਾਈਏ। ਦੁਬਾਰਾ ਤੋਂ ਫਿਰ ਇਸ ਗਣਤੰਤਰ ਦਿਵਸ ਦੇ ਸ਼ੁਭ ਮੌਕੇ 'ਤੇ ਸਾਰਿਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ।